ਇਹ ਹੈ ਕੁੱਗ ਵਸਦਾ ਪਿੰਡ ਹੇੜੀਆਂ, ਜਿੱਥੇ ਪਿਤਾ ਚੂੜ ਸਿੰਘ ਤੇ ਅਮੜੀ ਕਮਲ ਰਾਜ ਦੀ ਲਾਡਲੀ ਧੀ ਪਰਵੀਨ ਨੇ ਜਨਮ ਲਿਆ। ਮਾਂ ਬਾਪ ਦੀ ਵਧੀਆ ਸਿੱਖਿਆ ਅਤੇ ਧੀ ਰਾਣੀ ਦੀ ਅਣਥਕ ਮਿਹਨਤ ਸਦਕਾ ਵਿਦੇਸ਼ ਤੋਂ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਆਪਣੀ ਇੱਜ਼ਤ ਦੀ ਟੋਰ ਆਪਣੇ ਬਾਬਲ ਹੱਥ ਸੌਂਪ ਕੇ ਨਵੀਂ ਜ਼ਿੰਦਗੀ ਦਾ ਆਗਾਜ਼ ਕਰਨ ਜਾ ਰਹੀ ਧੀ ਤਿਆਣੀ ਆਪਣੇ ਧਰਮੀ ਬਾਬਲ ਨੂੰ ਆਖ ਰਹੀ ਹੈ ਕਿ ਜੇਕਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਨੇ ਆਪਣੀ ਕੌਮ ਦੀ ਅਣਖ ਲਈ ਸਰਬੰਸ ਵਾਰ ਦਿੱਤਾ ਹੈ ਤਾਂ ਕੀ ਮੈਂ ਆਪਣੇ ਬਾਬਲ ਦੀ ਪੱਗ ਦੀ ਲਾਜ ਨਹੀਂ ਰੱਖ ਸਕਦੀ। ਆਓ ਦੇਖਦੇ ਹਾਂ ਇਹੀ ਸੁਨੇਹਾ ਦਿੰਦੀ ਇੱਕ ਸ਼ਾਰਟ ਸਟੋਰੀ ਵੀਡੀਓ। ਸਾਥੀਓ, ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਇੱਕ ਵਾਰ ਹੌਸਲੇ ਲਈ ਤਾੜੀਆਂ ਜ਼ਰੂਰ ਮਾਰਨਾ। ਪੱਲੇ
ਹਿੰਦ ਦੀ ਚਾਦਰ ਨੂੰ ਨੀ ਮੈਂ ਸੀਸ ਝੁਕਾਵਾਂ।